ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਨੂੰ ਕੀਤੇ ਗਏ 52 ਹੁਕਮਾਂ ਦੇ ਵਿੱਚੋਂ ਜੋ 50ਵੇਂ ਨੰਬਰ 'ਤੇ ਹੁਕਮ ਹੈ ਉਸ ਉੱਤੇ ਵਿਚਾਰ ਕਰਾਂਗੇ। ਗੁਰੂ ਜੀ ਇਸ ਹੁਕਮ ਦੇ ਵਿੱਚ ਸਾਨੂੰ ਆਦੇਸ਼ ਦਿੰਦੇ ਹਨ ਕਿ ਕਦੇ ਵੀ ਝੂਠੀ ਗਵਾਹੀ ਨਹੀਂ ਦੇਣੀ। ਝੂਠੀ ਗਵਾਹੀ ਦੇ ਕੇ ਕਿਸੇ ਦਾ ਕੰਮ ਖਰਾਬ ਨਹੀਂ ਕਰਨਾ, ਕਿਸੇ ਨੂੰ ਸਜ਼ਾ ਨਹੀਂ ਦਿਵਾਉਣੀ। ਅੱਜ ਕੱਲ੍ਹ ਆਮ ਤੌਰ 'ਤੇ ਦੇਖਿਆ ਜਾਂਦਾ ਅਦਾਲਤਾਂ ਦੇ ਵਿੱਚ ਝੂਠੀਆਂ ਗਵਾਹੀਆਂ ਦਿੱਤੀਆਂ ਜਾਂਦੀਆਂ ਹਨ ਬਿਨਾਂ ਕਿਸੇ ਜੁਰਮ ਤੋਂ। ਕਿਸੇ ਇਨਸਾਨ ਨੂੰ ਸਜ਼ਾ ਮਿਲ ਜਾਂਦੀ ਹੈ। ਦੁਨਿਆਵੀ ਅਦਾਲਤਾਂ ਦਾ ਇਹ ਧਰਮ ਹੈ ਕਿ ਉਹ ਲੋਕਾਂ ਨੂੰ ਨਿਆਂ ਪ੍ਰਦਾਨ ਕਰੇ, ਇਨਸਾਫ ਦੇਵੇ, ਸੱਚ ਦਾ ਬੋਲਬਾਲਾ ਹੋਵੇ, ਸੱਚ ਸਭਨਾਂ ਤੋਂ ਉੱਪਰ ਹੋਵੇ ਅਤੇ ਸਭਨਾਂ ਨੂੰ ਇਨਸਾਫ ਮਿਲੇ। ਇਸ ਲਈ ਅਦਾਲਤਾਂ ਬਣਾਈਆਂ ਗਈਆਂ ਸਨ। ਜਦੋਂ ਕਿਧਰੇ ਕੋਈ ਘਟਨਾ ਵਾਪਰਦੀ ਹੈ, ਕਿਸੇ ਮਜ਼ਲੂਮ ਨਾਲ ਵਧੀਕੀ ਹੁੰਦੀ ਹੈ, ਤਾਂ ਦੋਵੇਂ ਧਿਰਾਂ ਅਦਾਲਤ ਵਿੱਚ ਜਾਂਦੀਆਂ ਹਨ। ਅਦਾਲਤ ਘਟਨਾ ਸਥਲ ਉੱਤੇ ਖੁਦ ਮੌਜੂਦ ਤਾਂ ਨਹੀਂ ਹੁੰਦੀ, ਇਨਸਾਫ ਦੇਣ ਅਤੇ ਦਿਵਾਉਣ ਦੀ ਸਾਰੀ ਪ੍ਰਕਿਰਿਆ ਗਵਾਹੀਆਂ ਦੇ ਉੱਤੇ ਨਿਰਭਰ ਹੁੰਦੀ ਹੈ। ਅਦਾਲਤ ਇਸ ਗੱਲ ਦਾ ਧਿਆਨ ਰੱਖਦੀ ਹੈ ਕਿ ਗਵਾਹ ਕੀ ਬਿਆਨ ਦੇ ਰਹੇ ਹਨ ਅਤੇ ਗਵਾਹਾਂ ਦਾ ਸਮਾਜਿਕ ਰੁਤਬਾ ਕੀ ਹੈ ਜਾਂ ਉਹਨਾਂ ਦਾ ਪਿਛੋਕੜ ਕੀ ਹੈ। ਅਦਾਲਤਾਂ ਨੇ ਇਨਸਾਫ ਦੀ ਜੋ ਮੂਰਤ ਬਣਾਈ ਹੈ ਉਸ ਵਿੱਚ ਇਨਸਾਫ ਅੰਨਾ ਵਿਖਾਇਆ ਗਿਆ, ਉਸ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹੀ ਹੁੰਦੀ ਹੈ, ਜਿਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਅਦਾਲਤ ਨਿਆਂ ਕੰਨਾਂ ਨਾਲ ਗਵਾਹੀਆਂ ਸੁਣ ਕੇ ਹੀ ਕਰਦੀ ਹੈ। ਗੁਰਸਿੱਖ ਮਾਣਯੋਗ ਕਾਬਲੇ ਇਤਰਾਮ ਵਿਅਕਤੀ ਹੈ। ਇਤਿਹਾਸ ਗਵਾਹ ਹੈ ਕਿ ਗੁਰਸਿੱਖ ਦੀ ਗਵਾਹੀ ਨਾਲ ਮੁਕੱਦਮੇ ਦਾ ਨਿਰਣਾ ਹੋ ਜਾਇਆ ਕਰਦਾ ਸੀ। ਜਿੱਧਰ ਗੁਰਸਿੱਖ ਗਵਾਹੀ ਦੇਵੇ ਉਸਦਾ ਹੀ ਪੱਲੜਾ ਭਾਰੀ ਹੁੰਦਾ ਸੀ। ਗੁਰਸਿੱਖ ਸੱਚ ਦਾ ਪੁਜਾਰੀ ਸੱਚ ਨੂੰ ਦ੍ਰਿੜ ਅਤੇ ਕਾਇਮ ਕਰਨ ਲਈ ਤਤਪਰ ਰਹਿੰਦਾ ਸੀ। ਇਸੇ ਲਈ ਗੁਰੂ ਦੇਵ ਹੁਕਮ ਕਰਦੇ ਹਨ ਕਿ ਸੱਚ ਲਈ ਗਵਾਹੀ ਦੇ, ਝੂਠੀ ਗਵਾਹੀ ਕਦੇ ਨਾ ਦੇਵੇ। ਬਹੁਤ ਵਾਰੀ ਅਜਿਹਾ ਦੇਖਣ ਵਿੱਚ ਆਇਆ ਕਿ ਜਿਨ੍ਹਾਂ ਨਿਰਣਾਤਮਕ ਗਵਾਹੀਆਂ ਉੱਪਰ ਮੁਕੱਦਮੇ ਦਾ ਫੈਸਲਾ ਨਿਰਭਰ ਕਰਦਾ ਹੋਵੇ ਉਹਨਾਂ ਗਵਾਹਾਂ ਨੂੰ ਡਰਾਇਆ ਜਾਂ ਧਮਕਾਇਆ ਜਾਂਦਾ, ਭਾਵ ਉਹ ਗਵਾਹੀ ਦੇਣ ਹੀ ਨਾ ਜਾਏ ਅਤੇ ਜਾਂ ਫਿਰ ਉਹ ਝੂਠੀ ਗਵਾਹੀ ਦੇਵੇ। ਸੱਚ ਲਈ ਨਿਰਭੈ ਹੋ ਕੇ ਦਿੱਤੀ ਜਾਣ ਵਾਲੀ ਗਵਾਹੀ ਜਾਣ 'ਤੇ ਲਾਗੂ ਵੀ ਹੋ ਸਕਦੀ ਹੈ, ਜਾਣ 'ਤੇ ਭਾਰੀ ਵੀ ਪੈ ਸਕਦੀ ਹੈ, ਜਾਨ ਵੀ ਜਾ ਸਕਦੀ ਹੈ। ਇਸੇ ਕਾਰਨ ਹੀ ਸ਼ਹਾਦਤ ਹੋਂਦ ਵਿੱਚ ਆਈ। ਗਵਾਹੀ ਸੱਚ ਲਈ ਦਿੱਤੀ ਜਾਏਗੀ ਭਾਵੇਂ ਜਾਨ ਕਿਉਂ ਨਾ ਗਵਾਉਣੀ ਪਏ, ਝੂਠੀ ਗਵਾਹੀ ਕਦੇ ਵੀ ਨਹੀਂ ਦਿੱਤੀ ਜਾਵੇਗੀ। ਭਾਵੇਂ ਕਿਤਨਾ ਵੀ ਲੋਭ, ਲਾਲਚ ਜਾਂ ਦੁਨਿਆਵੀ ਫਾਇਦਾ ਕਿਉਂ ਨਾ ਹੋਵੇ, ਝੂਠੀ ਗਵਾਹੀ ਨਹੀਂ ਦਿੱਤੀ ਜਾਣੀ ਚਾਹੀਦੀ। ਆਦਰਸ਼ਕ ਚੱਲਣ ਵਾਲੇ ਗੁਰਸਿੱਖਾਂ ਸੰਬੰਧੀ ਗੁਰੂ ਸਾਹਿਬ ਇਹੀ ਅਪੇਖਿਆ ਰੱਖਦੇ ਹਨ ਕਿ ਉਹ ਸਦਾ ਸੱਚ ਲਈ ਗਵਾਹੀ ਭਰੇ, ਝੂਠੀ ਗਵਾਹੀ ਕਦੇ ਨਾ ਦੇਵੇ। ਜਦ ਕੋਈ ਮਨੁੱਖ ਝੂਠੀ ਗਵਾਹੀ ਦੇ ਰਿਹਾ ਹੁੰਦਾ ਹੈ ਤਾਂ ਇਹ ਗੱਲ ਸਪੱਸ਼ਟ ਹੈ ਕਿ ਉਹ ਸੱਚ ਉੱਤੇ ਪਰਦਾ ਪਾਉਣਾ ਚਾਹੁੰਦਾ ਹੈ, ਸੱਚ ਨੂੰ ਦਬਾਉਣਾ ਚਾਹੁੰਦਾ ਹੈ ਅਤੇ ਝੂਠ ਨੂੰ ਉਭਾਰ ਕੇ ਪ੍ਰਫੁੱਲਿਤ ਵੇਖਣਾ ਚਾਹੁੰਦਾ ਹੈ। ਵਾਹਿਗੁਰੂ ਜੋ ਸੱਚ ਸਰੂਪ ਹੈ ਆਪ ਸੱਚ ਹੈ। ਸਾਨੂੰ ਇਹੀ ਸਮਝਣਾ ਚਾਹੀਦਾ ਕਿ ਝੂਠੀ ਗਵਾਹੀ ਦੇਣ ਵਾਲਾ
ਵਾਹਿਗੁਰੂ ਤੋਂ ਮੁਨਕਰ ਹੈ। ਇਹ ਸਭ ਕੁਝ ਗੁਰਸਿੱਖ ਦੇ ਸੁਭਾਅ ਦੇ ਮੁਤਾਬਿਕ ਨਹੀਂ। ਇਹੀ ਕਾਰਨ ਹੈ ਕਿ ਸਿੱਖਾਂ ਦਾ ਇਤਿਹਾਸ ਸ਼ਹੀਦੀਆਂ ਦਾ ਇਤਿਹਾਸ ਹੈ, ਸੱਚ ਲਈ ਦਿੱਤੀਆਂ ਗਵਾਹੀਆਂ ਦਾ ਇਤਿਹਾਸ ਹੈ, ਜ਼ੁਲਮ ਅਤੇ ਅਨਿਆਂ ਵਿਰੁੱਧ ਲੜੀਆਂ ਲੜਾਈਆਂ ਦਾ ਇਤਿਹਾਸ ਹੈ। ਸਰਬ ਗੁਣਾਂ ਦੇ ਦਾਤੇ ਗੁਰੂ ਪਾਤਸ਼ਾਹ ਗੁਣਦਾਨ ਦਿੰਦਿਆਂ ਹੁਕਮ ਕਰ ਰਹੇ ਹਨ ਕਿ ਗੁਰਸਿੱਖ ਝੂਠੀ ਗਵਾਹੀ ਕਦੇ ਵੀ ਨਾ ਦੇਵੇ। ਗੁਰਸਿੱਖ ਦਾ ਸੁਭਾਅ ਹੈ ਝੂਠ ਨੂੰ ਲਤਾੜਨਾ, ਦੂਰ ਕਰਨਾ, ਪਛਾੜਨਾ ਅਤੇ ਸੱਚ ਨੂੰ ਉਘਾੜਨਾ, ਸੱਚ ਨੂੰ ਅੱਗੇ ਲੈ ਕੇ ਆਉਣਾ। ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਗਵਾਹੀ ਨੂੰ ਸ਼ਹਾਦਤ ਵੀ ਕਹਿੰਦੇ ਹਨ ਅਤੇ ਸੱਚ ਲਈ ਦਿੱਤੀ ਹੋਈ ਗਵਾਹੀ ਲਈ ਕਈ ਵਾਰ ਸ਼ਹਾਦਤ ਵੀ ਕਬੂਲਣੀ ਪੈਂਦੀ ਹੈ, ਸ਼ਹੀਦੀ ਲੈਣੀ ਪੈਂਦੀ ਹੈ। ਸੱਚ ਆਪ ਰੱਬ ਹੈ। ਆਪਾਂ ਪੜ੍ਹਦੇ ਹਾਂ ਮੰਗਲਾ ਚਰਨ ਦੇ ਵਿੱਚ ਮੂਲ ਮੰਤਰ ਦੇ ਵਿੱਚ ਇੱਕੋ ਓਂਕਾਰ ਸਤਨਾਮ, ਪਰਮਾਤਮਾ ਇੱਕ ਹੈ, ਉਸਦਾ ਨਾਮ ਸੱਚਾ ਹੈ, ਸੱਚ ਸਿਰਫ ਪਰਮਾਤਮਾ ਹੈ। ਜਿੱਥੇ ਸੱਚ ਹੈ ਉੱਥੇ ਭਾਵ ਪਰਮਾਤਮਾ ਮੌਜੂਦ ਹੈ। ਗੁਰਸਿੱਖ ਨੇ ਕਈ ਸੱਚ ਦਾ ਪੱਲਾ ਨਹੀਂ ਛੱਡਣਾ ਕਦੇ ਵੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਹੀਦ ਦਾ ਜ਼ਿਕਰ ਕਰਦਿਆਂ ਇਸ ਨੂੰ ਪੀਰਾਂ, ਪੈਗੰਬਰਾਂ, ਸਿਦਕੀਆਂ, ਰੱਬ ਦੇ ਚਾਹਕਾਂ, ਗੁਣਾਂ ਦੇ ਗਾਹਕਾਂ, ਸੱਚ ਦੇ ਸੰਦੇਸ਼ ਵਾਹਕਾਂ, ਸ਼ੇਖ ਮਸਾਇਕਾਂ ਅਤੇ ਪਵਿੱਤਰ ਜੀਵਨ ਵਾਲਿਆਂ ਦੇ ਸਮਰੂਪ ਦੱਸਦੇ ਹਨ। ਐਡਾ ਵੱਡਾ ਦਰਜਾ ਹੈ ਸੱਚ ਲਈ ਸ਼ਹਾਦਤ ਦੇਣ ਦਾ। ਪੀਰ, ਪੈਗੰਬਰ, ਸਾਲਕ, ਸਾਦਕ, ਸੁਹਦੇ ਔਰ ਸ਼ਹੀਦ, ਸੇਖ, ਮਸਾਇਕ, ਕਾਜੀ ਮੁੱਲਾ, ਦਰ ਦਰਵੇਸ਼ ਰਸੀਦ। ਗੁਰਸਿੱਖ ਨਿਡਰ ਹੋ ਕੇ ਸੱਚ ਦਾ ਪੱਖ ਪੂਰੇ, ਸੱਚ ਦਾ ਸਾਥ ਦੇਵੇ, ਸੱਚ ਦੀ ਗਵਾਹੀ ਦੇ, ਸੱਚ ਦੀ ਕਤਾਰ ਵਿੱਚ ਖੜ੍ਹਾ ਹੋਵੇ, ਸੱਚ ਲਈ ਗਵਾਹੀ ਦੇਵੇ ਅਤੇ ਇਸ ਗੱਲ ਦਾ ਖਿਆਲ ਰੱਖੇ ਕਿ ਕਦੇ ਵੀ ਝੂਠੀ ਗਵਾਹੀ ਨਹੀਂ ਦੇਣੀ, ਝੂਠੀ ਗਵਾਹੀ ਦੇ ਕੇ ਕਿਸੇ ਨੂੰ ਸਜ਼ਾ ਨਹੀਂ ਦਿਵਾਉਣੀ। ਇਤਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।